ਸਲਾਮ ਅਲੈਕਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਮੀਆਂ ਚੰਨੂ ਗੱਲਾਂ ਮੰਡੀ ਦੇ ਅੰਦਰ ਮੌਜੂਦ ਹਾਂ ਅਤੇ ਮਾਰ ਬਾਟੀ ਸਾਹਿਬ ਸਾਡੇ ਨਾਲ ਮੌਜੂਦ ਨੇ। ਅਤੇ ਬੀਏ ਤਾਂ ਅੱਜ ਮੌਸਮ ਦੀ ਵਜ੍ਹਾ ਤੋਂ ਵਾਹਵਾ ਇਹਨਾਂ ਦੀ ਖਰਾਬ ਆ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਦੇਵੇ ਅਤੇ ਰੇਟ ਪੁੱਛਣੇ ਸਾਰੀਆਂ ਜਿਨਸਾਂ ਦੇ। ਸਲਾਮ ਅਲੈਕੁਮ ਮਾਰ ਸਾਹਿਬ। ਮਾਰ ਸਾਹਿਬ ਕੀ ਹਾਲ ਚਾਲ ਹੈ? ਅਤੇ ਮਾਰ ਸਾਹਿਬ ਕਿਹੜੀ ਕਿਹੜੀ ਜਿਨਸ ਆ ਰਹੀ ਹੈ ਇਸ ਟਾਈਮ ਮੰਡੀ 'ਚ? ਹਾਂ, ਕਪਾਹ ਦਾ ਕੀ ਰੇਟ ਆ? ਸਹੀ ਹੋ ਗਿਆ। ਤੇ ਮੂੰਗੀ ਦਾ? ਮੂੰਗੀ ਚੱਲਦੀ ਪਈ 8,000 ਤੋਂ 9,000। ਤੇ ਤਿਲ ਤੇ ਤਿਲੀ ਦਾ ਕੀ ਰੇਟ ਆ? ਤਿਲ 10,000 ਤੋਂ ਲਾ ਕੇ 13, ਸਾਢੇ 13, 14। ਅੱਜ ਰੇਟ ਘਟ ਗਿਆ ਵਾ? ਰੇਟ ਘਟ ਗਿਆ। ਸਹੀ ਹੋ ਗਿਆ। ਤੇ ਇਸ ਤੋਂ ਇਲਾਵਾ ਮੂੰਗੀ ਦਾ ਕੀ ਰੇਟ ਆ? ਮੂੰਗੀ ਚੱਲਦੀ ਪਈ 7,000, 8,000, 9,000। 7-8,000, 9,000 ਰੁਪਏ ਦਾ ਰੇਟ। ਸਹੀ ਹੋ ਗਿਆ, ਜਿਹੜੀ ਹੱਥ ਨਾਲ ਕੱਢੀ ਹੋਈ ਆ। ਸਹੀ ਹੋ ਗਿਆ। ਤੇ ਇਸ ਤੋਂ ਇਲਾਵਾ ਹੋਰ ਕਿਹੜੀ ਜਿਨਸ ਆ? ਤਿਲ ਤੇ ਤਿਲੀ ਦਾ ਕੀ ਰੇਟ ਦੱਸਿਆ? 13,500। ਹਾਂ, 13,500, 14,000। ਸਹੀ ਹੋ ਗਿਆ। ਤੇ ਗੰਦਮ ਦਾ ਕੀ ਰੇਟ ਆ? ਗੰਦਮ ਦਾ 2,300, 2,400, 2,500। ਸਹੀ ਹੋ ਗਿਆ। ਤੇ ਮਾਰ ਸਾਹਿਬ ਕਿਹੜੀ ਜਿਨਸ ਆ ਜਿਹੜੀ ਇਸ ਟਾਈਮ ਰੱਖਣੀ ਚਾਹੀਦੀ ਤੇ ਆਉਣ ਵਾਲੇ ਵਕਤ 'ਚ? ਕੋਈ ਸ਼ੈ ਨਹੀਂ ਰੱਖਣੀ ਚਾਹੀਦੀ। ਸਰੋਂ ਆ ਰਹੀ? ਸਰੋਂ? ਹਾਂ, ਸਰੋਂ ਗੋਡੀ ਆ ਰਹੀ ਜੀ, ਉਹਦਾ ਰੇਟ ਵੀ ਗੋਡੀ 6,500। ਸਹੀ ਹੋ ਗਿਆ, ਬੜੀ ਮਿਹਰਬਾਨੀ ਮਾਰ ਸਾਹਿਬ।